ਹੈਲੋ ਜੀ ਸਤਿ ਸ਼੍ਰੀ ਅਕਾਲ ਅਤੇ ਅਸਲਾਮ ਵਾਲੇਕੁਮ। ਠੀਕ ਠਾਕ ਹੋ ਜੀ? ਚੜ੍ਹਦੀ ਕਲਾ ਵਿੱਚ ਤੁਹਾਨੂੰ ਬਹੁਤ ਬਹੁਤ ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਸਾਰਾ ਪਿਆਰ ਕਰਨ ਲਈ, ਇੰਨੇ ਸਾਰੇ ਕਮੈਂਟਸ, ਇੰਨੇ ਸਾਰੇ ਲਾਈਕਸ, ਇੰਨੇ ਸਾਰੇ ਸ਼ੇਅਰ। ਯੂਟਿਊਬ 'ਤੇ ਵੀਡੀਓਜ਼ ਚੱਲ ਰਹੀਆਂ, ਟਿਕਟੋਕਸ 'ਤੇ ਵੀ ਵੀਡੀਓਜ਼ ਚੱਲ ਰਹੀਆਂ, ਹਰ ਪਾਸੇ ਸਾਡੀ ਵੀਡੀਓਜ਼ ਚੱਲ ਰਹੀਆਂ, ਅਤੇ ਥੈਂਕ ਯੂ ਸੋ ਮਚ ਉਹਦਾ ਬਹੁਤ ਬਹੁਤ ਤੁਹਾਡਾ ਅਤੇ ਇੰਨਾ ਸਾਰਾ ਪਿਆਰ ਦੇਣ ਲਈ। ਸਵਾਗਤ ਕਰਦੇ ਹਾਂ, ਖੁਸ਼ਾਮਦੀਦ ਕਹਿੰਦੇ ਹਾਂ ਅਤੇ ਵੈਲਕਮ ਕਹਿੰਦੇ ਪ੍ਰੀਤ ਬਾਨੀ। ਮੈਂ ਕਿਹਾ ਕੱਲ੍ਹ ਕਹਿ ਰਹੇ ਸੀ ਨਾ ਕਿ ਮੈਂ ਕੁਛ ਨਵਾਂ ਕਹਿਣਾ ਚਾਹ ਰਿਹਾ ਸੀ ਤਾਂ ਮੈਂ ਵਿੱਚ ਬੋਲੀ ਨਹੀਂ, ਮੈਂ ਕਿਹਾ ਪਤਾ ਨਹੀਂ ਕੀ ਨਵਾਂ ਕਹਿਣ ਲੱਗੇ। ਬਟ ਅਸੀਂ ਅੱਜ ਬਹੁਤ ਦਿਨਾਂ ਬਾਅਦ ਸਾਡੇ ਉਸਤਾਦ ਜੀ ਨੂੰ ਯਾਦ ਕਰ ਲਿਆ। ਬੜੇ ਦਿਨਾਂ ਤੋਂ ਉਹਨਾਂ ਦੀ ਵੀਡੀਓ ਨਹੀਂ ਸੀ ਬਣਾਈ, ਅਸੀਂ ਬਹੁਤ ਮਿਸ ਕਰਦੇ ਹਾਂ ਜਦੋਂ ਅਸੀਂ ਉਹਨਾਂ ਦੀ ਵੀਡੀਓ ਨਹੀਂ ਬਣਾਉਂਦੇ। ਸਾਨੂੰ ਸਾਡੀ ਵੀਡੀਓਜ਼ ਦੇ ਵਿੱਚ ਕੁਝ ਮਿਸਿੰਗ ਲੱਗਦਾ ਹਰ ਵਾਰੀ, ਤਾਂ ਖੈਰ ਉਸ ਚੀਜ਼ ਨੂੰ ਰੱਖਦੇ ਸਾਈਡ 'ਤੇ ਅੱਜ ਦੀ ਵੀਡੀਓ ਕਰਨੀ ਆ ਸਟਾਰਟ। ਵੀਡੀਓ ਹੈਗੀ ਹੈ ਜੇਬ ਕਤਰੋ ਕੀ ਟੀ ਟਾਈਮ ਮੇਂ ਐਂਟਰੀ। ਪਤਾ ਨਹੀਂ ਟੀ ਟਾਈਮ 'ਚ ਜੇਬ ਕਤਰੇ ਆਏ ਨੇ ਦੋ, ਤੁਹਾਨੂੰ ਪਤਾ ਦੋ ਜੇਬ ਕਤਰੇ ਕਿਹੜੇ ਹੋ ਸਕਦੇ ਨੇ ਸਾਡੇ ਸਭ ਤੋਂ ਸ਼ਰਾਰਤੀ ਵਾਲੇ ਫੈਸਲ ਸਾਹਿਬ ਦੇ। ਫਰੀ ਸਾਹਿਬ, ਰੀ ਸਾਹਿਬ, ਵੀਡੀਓ ਸਟਾਰਟ ਕਰਦੇ ਹਾਂ, ਕੋਸ਼ਿਸ਼ ਕਰਾਂਗੇ ਪੂਰੀ ਬਣਾ ਦਈਏ ਅਤੇ ਲੰਬੀ ਹੈ, ਲੰਬੀ ਵੀਡੀਓ ਹੈ ਅਤੇ ਦੂਜੇ ਪਾਸੇ ਮਿਲਦੇ ਹਾਂ ਅਤੇ ਕਰਦੇ ਹਾਂ। ਕਤਰੇ ਹੋਏ ਨੇ ਦੁਨੀਆਂ ਦੇ ਬੜੇ ਬੜੇ ਨਾਂ, ਇਹਨਾਂ ਦੀਆਂ ਤੁਹਾਡੀਆਂ ਟ੍ਰੇਨਿੰਗਾਂ ਕਿੱਦਾਂ ਹੁੰਦੀਆਂ ਤੁਹਾਨੂੰ ਪਤਾ? ਕਿੱਦਾਂ ਟ੍ਰੇਨਿੰਗ ਹੋਈ ਤੁਹਾਡੀ? ਮੈਂ ਜੀ ਪਹਿਲਾਂ ਸਾਡਾ ਉਸਤਾਦ ਸੀ ਉਹ ਅਸ਼ਰਫ ਲੰਮਾ। ਅਸ਼ਰਫ ਲੰਮਾ, ਹਾਂ, ਉਹਦਾ ਮੇਰਾ ਸ਼ਾਗਿਰਦ ਹੈਗਾ ਵਾ, ਮੇਰਾ ਨਾਂ ਹੈਗਾ ਵਾ ਅਫਜ਼ਾਲ ਢੇਠਾ ਤੇ ਇਹ ਮੇਰਾ ਸ਼ਾਗਿਰਦ ਹੈਗਾ ਜੀ ਫੈਸਲ ਖੱਚ। ਅਸੀਂ ਇਕੱਠੇ ਹੀ ਨਾ ਸਾਰਿਆਂ ਨੇ ਮਤਲਬ ਉਹਨਾਂ ਦੀ ਸ਼ਾਗਿਰਦੀ ਕੀਤੀ। ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਕਰਦੇ ਆ? ਮੈਂ ਜੀ ਤੁਹਾਨੂੰ ਪਤਾ ਨੀ, ਮੈਂ FCPS ਡਾਕਟਰ ਵੀ ਆ। ਅੱਛਾ ਅੱਛਾ, ਹਾਂਜੀ, MBBS ਤੋਂ ਬਾਅਦ ਅਗਲੀ ਜਿਹੜੀ ਡਿਗਰੀ ਉਹ ਵੀ ਹਾਸਲ ਕੀਤੀ ਤੇ ਲਿਆਦਾ ਉਹਦੇ ਚ ਪੈਸੇ ਮੈਂ ਹਿਸਾਬ ਲਾਇਆ ਹੈ ਤੇ ਡਾਕਟਰ ਵੀ ਜੇਬਾਂ ਹੀ ਕੱਟਦੇ। ਲੇਕਿਨ ਮੈਂ ਉਦੋਂ ਤੋਂ ਅਗਲਾ ਕੰਮ ਕੀਤਾ, ਮੈਂ ਜੇਬ ਕਤਰੀ ਸ਼ੁਰੂ ਕਰਤੀ। ਸਭ ਤੋਂ ਪਹਿਲਾਂ ਟ੍ਰੇਨਿੰਗ ਹੁੰਦੀ ਸੀ ਸਾਡੀ, ਟੱਪ ਚ ਪਾਣੀ ਪਾ ਕੇ, ਸਾਡਾ ਉਸਤਾਦ ਕਹਿੰਦਾ ਹੁੰਦਾ ਸੀ ਟੱਪ ਚ ਪਾਣੀ ਪਾ ਕੇ ਇਹਨੂੰ ਇੱਕ ਵਾਰੀ ਰੁਕ ਲੈਣ ਦਿਓ, ਪਾਣੀ ਸਾਗਤ ਹੋ ਗਿਆ ਤੇ ਉਹਦੇ ਉੱਤੇ ਫੁੱਲ ਦੀ ਪੱਤੀ ਨੀ, ਗੁਲਾਬ ਦੀ ਫੁੱਲ ਦੀ ਪੱਤੀ ਉਹ ਉੱਤੇ ਉਸਤਾਦ ਨੇ ਅੱਜ ਕਰਕੇ ਰੱਖ ਦੇਣੀ। ਠੀਕ ਹੈ, ਉਸਤਾਦ ਨੇ ਕਹਿਣਾ ਕਿ ਫੁੱਲ ਦੀ ਪੱਤੀ ਤੁਸੀਂ ਚੁੱਕਣੀ ਆ ਤੇ ਪਾਣੀ ਨਾ ਹਿੱਲੇ। ਕਿਆ ਵਾਹ, ਇਹ ਕਿੱਦਾਂ ਹੋ ਸਕਦਾ? ਦਰਜੀ ਸੂਟ ਸੀਨ ਡਿਆ ਹੁੰਦਾ ਸੀ ਤੇ ਦੱਸ ਦਿੰਦਾ ਹੁੰਦਾ ਸੀ ਕਿ ਇਹਨੇ ਡੇਲੀ ਇਹਦੇ ਚ ਕਿੰਨੇ ਪੈਸੇ ਰੱਖਣੇ। ਹਾਂਜੀ, ਤੁਸੀਂ ਤਾਂ ਨਵੀਆਂ ਪੁਰਾਣੀਆਂ ਗੱਲਾਂ ਕਰਨ ਡੇ ਹੋ, ਨਹੀਂ ਪਤਾ ਵੱਡੀ। ਨਹੀਂ ਯਾਰ, ਜਦੋਂ ਪਾਣੀ ਦੇ ਉੱਪਰ ਮੈਂ ਸੁਣਿਆ ਵਾ, ਮੈਂ ਮੰਨਦਾ ਨਹੀਂ ਪਾਣੀ ਦੇ ਉੱਪਰ ਇਹ ਨੋਟ ਰੱਖ ਦੇਣਾ। ਨਹੀਂ ਨਹੀਂ ਜੀ, ਨਹੀਂ ਪੱਤੀ ਰੱਖ ਦੇਣੀ, ਨੋਟ ਵੀ ਰੱਖ ਦੇ, ਕੋਈ ਕਾਗਜ਼ ਰੱਖਣਾ, ਕਾਗਜ਼ ਦਾ ਨੋਟ ਹੈ ਨਾ, ਨੋਟ ਪੂਰਾ ਪਾਣੀ ਤੇ ਰੱਖ ਦੇਣਾ। ਉਸ ਤੋਂ ਬਾਅਦ ਕਹਿਣਾ ਜੀ ਨੋਟ ਚੁੱਕਣਾ ਥੱਲੇ, ਉਹ ਪਾਣੀ ਨਾ ਹਿੱਲੇ। ਮੈਨੂੰ ਨਹੀਂ ਸਮਝ ਆਉਂਦੀ ਕਿੱਦਾਂ ਹੋ ਸਕਦਾ, ਹਿੱਲ ਜਾਏਗਾ ਪਾਣੀ, ਪਾਣੀ ਨੇ ਹਿੱਲਣਾ ਹੀ ਹਿੱਲਣਾ, ਜੋ ਮਰਜ਼ੀ ਕਰ ਲੈ। ਤੁਸੀਂ ਤਜਰਬਾ ਕਰਦੇ ਕਦੀ ਵੇਖਿਆ ਨਹੀਂ ਹੈਗਾ ਨਾ ਹੀ ਵਾਲ ਕੱਟਦੇ ਕੱਟਦੇ ਕਿੱਡੀ ਅੱਛੀ ਕਟਿੰਗ ਕਰਨ ਲੱਗ ਪਏ? ਯਾਰ ਉਹ ਹੋਰ ਗੱਲ ਆ ਉਹ ਭਾਈ। ਅੱਛਾ ਚਲੋ ਜੀ, ਤੁਸੀਂ ਉਹ ਸਿੱਖਿਆ ਉਹ ਜਦੋਂ ਅਸੀਂ ਇੰਜ ਕਰਕੇ ਰੱਖਣਾ ਨਾ, ਫਿਰ ਫੁੱਲ ਦੀ ਪੱਤੀ ਚੁੱਕਦੇ ਆ, ਮੈਨੂੰ 6 ਸਾਲ ਲੱਗੇ ਫੁੱਲ ਦੀ ਪੱਤੀ ਚੁੱਕਦੇ ਆ। ਅੱਛਾ, ਉਹ ਜਦੋਂ ਫੁੱਲ ਹੋ ਗਈ ਫਿਰ ਮੈਂ ਜਾ ਕੇ ਚੁੱਕੀ। ਅੱਛਾ, ਰੂੰ ਰੱਖਿਆ ਫਿਰ? ਅੱਛਾ, ਰੂੰ, ਹਾਂਜੀ, ਰੂੰ ਰੱਖਿਆ ਫਿਰ ਪਾਣੀ ਦੇ ਵਿੱਚ। ਉਹਨੇ ਕਿਹਾ ਇਹ ਵੀ ਚੁੱਕਣਾ, ਮੈਂ ਉਹ ਰੂੰ ਚੁੱਕਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਬਲੇ ਪਾਣੀ ਦੇ ਵਿੱਚ ਰੂੰ ਤੇ ਭਾਜੀ ਈਜ਼ੀ ਆ, ਰੂੰ ਤੇ ਇੰਜ ਕਰਕੇ ਇੰਨਾ ਘਰਾ ਦੇ ਉਹ ਉੱਤੋਂ ਦੀ ਇੱਕ ਧਾਗਾ ਫੜ ਕੇ ਵੀ ਚੁੱਕ ਸਕਦੇ। ਅਸਲ ਮੈਂ ਸੁਣਿਆ ਨੋਟ ਰੱਖਦੇ ਨੇ, ਨੋਟ ਰੁਪਈਏ ਵਾਲਾ ਪਾਣੀ ਫੁੱਲ ਜਿਹੜਾ ਰੱਖਿਆ। ਉਸਤਾਦ ਨੂੰ 6 ਸਾਲ ਲੱਗੇ ਨੇ, ਮੈਂ ਇਹਨਾਂ ਦਾ ਸ਼ੁਕਰ ਤਾਂ ਮੈਂ ਇੱਕ ਦਿਨ ਚ ਸਿੱਖਿਆ ਸੀ, ਫੁੱਲ ਚੁੱਕ ਲਿਆ ਸੀ। ਬਿਲਕੁਲ ਜੀ, ਚੁੱਕ ਲਈ ਇੱਕ ਦਿਨ ਪਾਣੀ ਨਹੀਂ ਲਿਆ? ਨਹੀਂ ਲਿਆ। ਉਹ ਕਿੱਦਾਂ? ਮੈਂ ਪਹਿਲੇ ਪਾਣੀ ਪੀਤਾ ਸੀਗਾ। ਉਹਦੀ ਸਪੈਸ਼ਲਿਟੀ ਇਹ ਸੀ ਕਿ ਸਾਡੇ ਉਸਤਾਦ ਨੇ ਸਭ ਤੋਂ ਪਹਿਲਾਂ ਜਿਹੜੀ ਮੂੰਹ ਨਾਲ ਗੇਂਦ ਫੜਨੀ ਨਾ, ਉਹ ਪਹਿਲਾਂ ਮੇਰੇ ਉਸਤਾਦ ਨੇ ਸ਼ੁਰੂ ਕੀਤੀ ਸੀ। ਉਹ ਜਿਹੜੀ ਗੇਂਦ ਨੀ ਲੋਕੀ ਸੁੱਟਦੇ, ਕਹਿੰਦੇ ਜੇਬ ਕਤਰੇ ਦਾ ਕੀ ਚੱਕਰ ਆ ਯਾਰ? ਤੇ ਮੂੰਹ ਨਾਲ ਗੇਂਦ ਫੜਨੀ ਉਹ ਟ੍ਰੇਨਿੰਗ ਆ ਨਾ ਉਸ ਤੋਂ ਬਾਅਦ ਯਾਰ ਹੈ ਜਿਹੜੀ ਟ੍ਰੇਨਿੰਗ ਕੁਝ ਵੀ ਕੁਝ ਵੀ ਕੋਈ ਵਾਕਿਆ ਸੁਣਾ ਵੀ ਜਿਹੜਾ ਪਤਾ ਲੱਗੇ ਕਿ ਯਾਰ ਵਾਕਈ ਹੋ ਗਈ। ਓਏ ਹੋਏ ਹੋਏ, ਉਸਤਾਦ ਜਿਹੜੇ ਦਾਦਾ ਉਸਤਾਦ ਆ, ਤੇਰਾ ਇਹ ਉਸਤਾਦ ਆ? ਹਾਂ, ਮੇਰੇ ਉਸਤਾਦ ਜੀ, ਇਹਦੇ ਉਸਤਾਦ, ਇਹਦੇ ਉਸਤਾਦ ਜੀ, ਦਾਦਾ ਜੀ ਉਸਤਾਦ। ਉਸਤਾਦ ਅਸਲਮ ਲੰਮਾ, ਤੋਬਾ ਤੋਬਾ, ਵੱਡੀ ਦੁਨੀਆ। ਉਸਤਾਦ ਇੱਕ ਵਾਰੀ ਉਸਤਾਦ ਜੀ ਬਹਿ ਗਿਆ ਉਹਦੇ ਚ ਟ੍ਰੇਨ ਚ, ਓਹੋ, ਕਰਾਚੀ ਵਾਲੀ ਟ੍ਰੇਨ ਚ ਬਹਿ ਗਿਆ ਮੇਰਾ ਉਸਤਾਦ। ਠੀਕ ਹੋ ਗਿਆ, ਫੈਸਲਾ ਬਦੋ। ਨਹੀਂ ਨਹੀਂ, ਫੈਸਲਾ ਬਦੋ ਹੀ, ਹਾਂ ਫੈਸਲਾ ਬਦੋ। ਕਰਾਚੀ ਵਾਲੀ ਟ੍ਰੇਨ ਚ ਬੈਠਾ ਵਾ ਤੇ ਜਾ ਝੁਮਰੇ ਲੱਥਾ ਉਸਤਾਦ। ਕਿੱਥੇ? ਝੁਮਰੇ। ਓਏ ਮੈਂ ਤੇਰੇ ਥੱਪੜ ਮਾਰ ਕੇ ਨਾ ਤੇਰੀ ਮੂੰਹ ਕੁੱਤਰ ਦੇਣਾ। ਇਹ ਤੇ ਮੈਂ ਦੱਸਾਂ, ਕਰਾਚੀ ਐਨੂੰ ਆ, ਮਾਮਾ ਝੁੰਬਰਾ ਐਨੂੰ, ਐਨੂੰ ਟ੍ਰੇਨ ਗਈ ਹੈ ਤਾਂ ਇੱਧਰ ਨੂੰ ਕਿੱਦਾਂ ਉੱਤਰ ਗਿਆ? ਉਹ ਉੱਤੋਂ ਦੀ ਜਾਂਦੇ ਸੀਗੇ ਨਾ, ਖੈਰ ਜਾ ਤੂੰ ਉਹਨੂੰ, ਟ੍ਰੇਨ ਸਾਡੀ ਆਪਣੀ ਸੀ ਕਹਿੰਦੇ, ਟਰੈਕ ਹੀ ਬਦਲੀ ਜਾਂਦਾ ਸਾਰੇ। ਉਹ ਯਾਰ ਗੱਲ ਸਮਝ ਨਹੀਂ ਨਾ ਆਣੀ ਤੇ ਅੱਗੋਂ ਵੇਖ ਲਾ ਵੀ ਇਹਨਾਂ ਥੱਪੜ ਮਾਰ ਲੈਣੇ ਕਿੱਦਾਂ। ਕਰਾਚੀ
ਕਰਾਚੀ ਪਹਿਲੋ ਗਏ ਤੇ ਵਾਪਸੀ ਆਉਂਦੇ ਉਹਨਾਂ ਲਾਹੌਰ ਟ੍ਰੇਨ ਪਹੁੰਚਣੀ ਸੀ ਉਹ ਰਾਤ ਝੁੰਮਰਾ ਪੈਂਦਾ ਤੇ ਉੱਥੇ ਅੱਛਾ ਪਹਿਲੇ ਐਨ ਚਲੇ ਗਏ ਗਏ ਤੇ ਵਾਪਸ ਆ ਗਏ ਫੈਸਲਾਬਾਦ ਕ੍ਰਾਸ ਕਰਕੇ ਤੇ ਅੱਗੋਂ ਝੁੰਮਰੇ ਤੇ ਚਲੇ ਗਏ ਆ ਤੇ ਹੋਰ ਭਾਜੀ ਜੇ ਕੁੱਤਰਿਆਂ ਦੇ ਸਫ਼ਰ ਹੀ ਆ ਹੁੰਦੇ ਫਿਰ ਅੱਛਾ ਜੀ ਫਿਰ ਉਹ ਤੁਹਾਡੀ ਦੁਆ ਨਾਲ ਉਸਤਾਦ ਨੇ ਝੁੰਮਰੇ ਉਤਰਿਆ ਝੁੰਮਰੇ ਉਤਰਿਆ ਵਾ ਤੇ ਉਸਤਾਦ ਜੀ ਓਏ ਹੋਏ 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 ਝੁੰਮਰੇ ਉਹ ਲੱਥਦਿਆਂ ਨਾਲ ਹੀ ਉਹਦੇ ਨਾਲ ਖੱਬਿਆ ਦਰਬਾਰ ਦੇ ਕੋਲ ਉਹਦੀ ਕੁੜੀ ਦਾ ਘਰ ਸੀ ਉਸਤਾਦ ਦੇ ਅੱਛਾ ਅੱਛਾ ਜੀ ਤੇ ਉਧਰ ਚਲਾ ਗਿਆ ਜੇਬ ਕਤਰਾ ਸੀ ਨਾ ਜੇਬ ਕਤਰੇ ਦਾ ਵਾਕਿਆ ਸੁਣਾ ਤੁਸੀਂ ਇਹ ਕਿੱਥੇ ਬੋਲ ਰਹੇ ਹੋ ਜੇਬ ਕਤਰਾ ਜੇਬ ਕਤਰਾ ਸਾਹਿਬ ਅਸਲਮ ਸਾਹਿਬ ਕੋ ਜੇਬ ਕਤਰਾ ਸਾਹਿਬ ਭਾਜਨ ਜੇਬ ਕਤਰਾ ਸਾਹਿਬ ਦਾ ਜੇਬ ਕਤਰਾ ਕੁਤਰੀ ਜਿਹੜੀ ਉਹਦਾ ਵਾਕਿਆ ਸੁਣਾ ਪਹਿਲੇ ਐਨੂੰ ਚਲਾ ਗਿਆ ਧੀ ਨੂੰ ਕਰਾਚੀ ਫਿਰ ਐਨੂੰ ਜਾ ਕੇ ਝੁੰਮਰੇ ਦੇ ਗਿਆ ਕਿਹੜਾ ਉਸਤਾਦ ਫੜ ਲਿਆ ਯਾਰ ਮੈਨੂੰ ਇੱਕ ਗੱਲ ਦੱਸ ਇਹਨਾਂ ਨੇ ਕਿਹਾ ਵੀ ਜੇਬ ਕਤਰਨ ਦਾ ਵਾਕਿਆ ਸੁਣਾ ਇਹਨਾਂ ਨੇ ਕਿਹਾ ਕੋਈ ਉਸਤਾਦ ਆਪਣੇ ਦਾ ਵਾਕਿਆ ਸੁਣਾ ਉਹ ਤੇ ਤੇਰਾ ਉਸਤਾਦ ਜੇਬ ਕਤਰਾ ਹੀ ਆ ਤੇ ਉਹ ਵਾਕਿਆ ਸੁਣਾ ਉਹ ਕਿਹਾ ਹੀ ਨਹੀਂ ਕਿ ਤੁਸੀਂ ਕਹੋ ਤਾਂ ਉਸਤਾਦ ਨੂੰ ਨਾ ਝੂਠਾ ਕਰੋ ਤੁਸੀਂ ਸਾਡੇ ਜੇਬ ਕਟਿੰਗ ਦਾ ਕੋਈ ਉਨਕਾ ਵਾਕਿਆ ਸੁਣਾ ਹਾਂ ਐਸੇ ਸੁਣਾ ਬਾਰਡਰ ਤੇ ਨਾ ਬੜੀਆਂ ਫੌਜਾਂ ਦਾ ਮੈਂ ਹਿਸਾਬ ਲਾ ਲਿਆ ਵਾ ਕਿਹੜਾ ਉਸਤਾਦ ਨਾਲ ਤੁਸੀਂ ਉਸਤਾਦ ਨੂੰ ਛੱਡੋ ਤੁਸੀਂ ਆਪਣਾ ਦੱਸੋ ਇਹਨਾਂ ਦਾ ਮੈਨੂੰ ਪੁੱਛੋ ਲੋ ਬੜੀਆਂ ਬੜੀਆਂ ਜੇਬਾਂ ਕੱਟੀਆਂ ਲੋ ਓਏ ਚਵਲਾ ਨਾ ਮਾਰੀ ਮੈਂ ਤੈਨੂੰ ਕਹਿਣ ਡਿਆ ਕੋਈ ਇੱਧਰ ਲੈ ਨੇ ਕੱਟੀ ਜੇਬ ਇੱਧਰ ਲੈ ਨੇ ਤੇ ਫੌਰਨ ਫੜਿਆ ਗਿਆ ਕਿਉਂ ਉਹ ਮਰੀਜ਼ ਦੀ ਪਿਸ਼ਾਬ ਵਾਲੀ ਥੈਲੀ ਵੀ ਨਾਲ ਕੱਟੀ ਉਹਦੇ ਪੈਰ ਭਿੱਜੇ ਨਾਲ ਹੀ ਫੜਿਆ ਗਿਆ ਅੱਛਾ ਉਹਨੂੰ ਨਾਲ ਹੀ ਲੱਗੀ ਹਾਂਜੀ ਉਹ ਮਰੀਜ਼ ਸੀ ਨਾ ਅੱਛਾ ਠੀਕ ਹੈ ਰਜ਼ਾ ਤੁਸੀਂ ਚਿੱਤਰ ਵੀ ਪਏ ਆ ਚਾਚੇ ਉਹ ਬੰਦਾ ਨੂੰ ਭਾਈ ਆਪਣੇ ਲੋ ਇਹਨੇ ਜੇਬ ਕੱਟੀ ਉਹਨੇ ਕਿਤੇ ਕੱਚੇ ਆਂਡੇ ਵੀ ਜੇਬੀ 'ਚ ਪਾਏ ਉਹ ਚੋਪੇ ਨਹੀਂ ਉਹਦੇ ਵਾਕਿਆ ਤੇ ਮੁੱਕ ਗਏ ਭਾਈ ਫਰੀਦ ਵੱਡੀ ਦੀ ਸਾਫ ਗੱਲ ਹੈ ਪਤਾ ਕੀ ਗੱਲ ਮੇਰਾ ਉਸਤਾਦ ਮੈਨੂੰ ਕੱਢਣ ਲਿਆ ਨਹੀਂ ਤੇ ਤੁਸੀਂ ਕਾਹਤੋਂ ਕੱਢਣ ਦੇ ਹੋ ਯਾਰ ਜਦੋਂ ਕੰਮ ਨਹੀਂ ਆਉਣਾ ਹਲੇ ਤੇ ਇਹਨੂੰ ਪਤਾ ਨਹੀਂ ਤੁਸੀਂ ਕੰਮ ਪਹਿਲੇ ਸਿੱਖ ਲਓ ਨਾ ਫਿਰ ਸਿੱਖਿਆ ਉਸਤਾਦ ਨੇ ਹਲੇ ਸਿੱਖਿਆ ਨਹੀਂ ਪਹਿਲੇ ਜੇਬਾ ਕੱਢ ਮੈਂ ਹੁਣ ਆਪਣੇ ਉਸਤਾਦ ਦੀ ਬੱਲਾ ਕਿ ਆਪਣੇ ਪਿਓ ਦੀ ਬੱਲਾ ਯਾਰ ਫਿਰ ਆਪਾਂ ਕਹਿੰਦਾ ਸਿਰਫ ਮੈਦਾਨ ਛੱਡ ਕੇ ਨਹੀਂ ਨਸਲਾ ਆ ਮੇਰਾ ਉਸਤਾਦ ਕਹਿੰਦਾ ਜੇਬ ਕੱਢ ਕੇ ਨਸਦਾ ਮੈਂ ਦੱਸਣਾ ਜੀ ਪਿਛਲੇ ਦਿਨਾਂ ਦੇ ਵਿੱਚ ਇਹਨੇ ਬੱਸ 'ਚ ਬੈਠਾ ਵਾ ਆਪਾਂ ਜਦੋਂ ਗਏ ਆ ਲਾਹੌਰ ਵਾਲੀ ਬੱਸ ਦੇ ਵਿੱਚ ਬੈਠਾ ਵਾ ਤੇ ਇਹਨੇ ਲਾਹੌਰ ਵਾਲੀ ਬੱਸ 'ਚ ਸਵਾਰੀਆਂ ਵੇਖੀਆਂ ਇੱਕ ਬੰਦੇ ਦੀ ਜੇਬ 'ਚ 10,000 ਰੁਪਇਆ ਨਹੀਂ 2,000 ਸੀਗਾ ਤੋ 10,000 ਰੁਪਇਆ ਸੀ ਉਹ ਮੈਂ ਆਪ ਵੇਖਿਆ 10,000 ਰੁਪਇਆ ਮੈਨੂੰ ਕਿਹਾ ਉਹ ਬੰਦਾ ਵਾ ਤੇ ਤਾਕ ਲੈ ਹੁਣ ਤੇ ਬੰਦਾ ਛੱਡੀ ਨਾ ਉਹ ਕਿਤੇ ਰਸ਼ ਇੱਧਰ ਉੱਧਰ ਬੰਦੇ ਚੜੇ ਲੱਥੇ ਤੇ ਭਾਈ ਉਹ ਬੰਦਾ ਇੱਧਰ ਉੱਧਰ ਹੋ ਗਿਆ ਇਹ ਹੁਣ ਪੂਰੀ ਬੱਸ 'ਚ ਪੁੱਛਦਾ ਫਿਰੇ ਭਾਈ 10,000 ਤੇਰੇ ਕੋਲ ਜਿਹਨੂੰ ਵੀ ਉਹ ਭਾਈ 10,000 ਤੇਰੇ ਕੋਲ ਹੁਣ ਕਹਿੰਦੇ ਕੀ ਕਰਨਾ ਤੂੰ ਕਹਿੰਦੇ ਮੈਂ ਜੇਬ ਕੱਟਣੀ ਆ ਸ਼ਲਵਾਰ ਪਾ ਗਿਆ ਮੈਂ ਸ਼ਲਵਾਰ ਦੀ ਕੱਪੜੇ ਚੇਂਜ ਕਰ ਗਿਆ ਚਲੋ ਜਾਓ ਮੇਰੇ ਉਸਤਾਦ ਨੇ ਕਹਿੰਦੀ ਸੀ ਇਹਦੇ ਕੋਲ ਪੈਸੇ ਹੁਣ ਫਿਰ ਉਹ ਕਹਿੰਦਾ ਫਿਰ ਤੂੰ ਸਵੇਰੇ ਕੱਲ ਆਈ ਕੱਲ ਤੱਕ ਉੱਥੇ ਬੈਠਾ ਰਿਹਾ ਉਹ ਵੀ ਸ਼ਲਵਾਰ ਪਾ ਕੇ ਆਇਆ ਮੈਂ ਉਹਦੀ ਜੇਬ ਕੱਟੀ ਮੇਰੇ ਕੋਲ ਬਲੇਡ ਨਹੀਂ ਸੀ ਹੈ ਉਹ ਕੈਮੀਕਲ ਡੋਰ ਦੇ ਨਾ ਕੱਟਣ ਲਿਆ ਫਿਰ ਮੈਂ ਉਸਤਾਦ ਨੂੰ ਫੜਵਾਇਆ ਜਾ ਕੈਮੀਕਲ ਡੋਰ ਨਾਲ ਹਰ ਵਾਰੀ ਬਾਜੀ ਗੱਲ ਦੂਸਰੀ ਕੈਮੀਕਲ ਡੋਰ ਨਾਲ ਜੇਬ ਨੂੰ ਖਿੱਚ ਮਾਰ ਰਿਹਾ ਜੇਬ ਕੱਟਣ ਜਿਹੜਾ
ਸ਼ਨਾਖਤੀ ਕਾਰਡ ਵੀ ਆ ਗਿਆ ਮੈਂ ਕਿਹਾ ਮੇਰਾ ਕਿਤੇ ਬਣਾਉਣਾ ਬਣੂਗਾ ਮੈਂ ਉਹਨੂੰ ਕਾਰਡ ਵਾਪਸ ਕਰਨ ਗਿਆ ਉਹਨੇ ਮੈਨੂੰ ਫੜ ਲਿਆ ਕਮਜ਼ੋਰ ਬੜੀ ਮੁਸ਼ਕਿਲ ਦੇ ਨਾਲ ਉਸਤਾਦ ਲੱਭਿਆ ਮੈਨੂੰ ਅੱਛਾ ਜਦੋਂ ਫੜਿਆ ਜਾਂਦਾ ਲੱਭ ਕੇ ਤੈਨੂੰ ਫੜਵਾਉਂਦਾ ਹੀ ਹਾਂ ਜੀ ਇਹ ਉਹ ਸਾਹਿਬ ਉਸਤਾਦ ਜੀ ਆ ਜਾਓ ਫੜੇ ਗਏ ਆ ਆ ਜਾ ਤੁਸੀਂ ਵੀ ਆ ਜਾਓ ਇੱਕ ਜਗ੍ਹਾ ਤੇ ਚਾਚੇ ਨੇ ਜੇਬ ਕੱਟੀ ਉਸਤਾਦ ਦੇ ਹਾਲਾਤ ਟੈਟ ਸੀ ਉਸਤਾਦ ਨੇ ਚਾਚੇ ਦੀ ਕੱਟਤੀ ਭਾਈ ਕਿੰਨੇ ਇੱਕ ਜਗ੍ਹਾ ਤੇ ਜੇਬ ਕੱਟੀ ਐਂਜ ਕਰਕੇ ਤੇ ਖੂਨੋ ਖੂਨ ਹੋ ਗਿਆ ਡਰ ਗਿਆ ਕਿ ਪਤਾ ਨਹੀਂ ਉਹਦੀ ਕੌਣ ਖੂਨੋ ਖੂਨ ਹੋ ਗਿਆ ਉੱਥੇ ਥੱਲੇ ਖੂਨ ਹੀ ਖੂਨ ਜਿੱਥੇ ਜੇਬ ਜੇਬ ਚੋਂ ਅੱਛਾ ਉਹ ਬੰਦੇ ਨੇ ਜੇਬ ਕੈਂਚੀ ਮਾਰਤੀ ਬੰਦੇ ਨੇ ਜੇਬ 'ਚ ਚੂਚਾ ਪਾਇਆ ਚੂਚਾ ਕੱਟਦਾ ਉਹ ਕੱਟਦਾ ਲੱਗ ਲਾ ਲੈ ਵਾਪਸ ਕਰ ਫੜ ਕੇ ਬੜਾ ਮਾਰਨਾ ਮੈਂ ਉਹਨੂੰ ਵਾਪਸ ਦੇਣ ਗਿਆ ਫੇਰ ਫੜ ਲਿਆ ਫੇਰ ਕੁੱਟਿਆ ਮੈਂ ਜੀ ਤੁਹਾਨੂੰ ਇੱਕ ਗੱਲ ਦੱਸਾਂ ਏਡਾ ਲਾਨਤੀ ਸ਼ਗਿਰਦ ਆ ਮੇਰਾ ਨਹੀਂ ਮਸੂਮ ਆਦਮੀ ਯਾਰ ਤੁਸੀਂ ਉਹਨੂੰ ਇਸ ਕੰਮੇ ਨਾ ਲਾਓ ਯਾਰ ਵੈਸੇ ਤੁਸੀਂ ਰੱਖ ਲਓ ਜੀ ਮਸੂਮ ਲੱਗ ਨਹੀਂ ਨਹੀਂ ਹੈ ਤੇ ਮਸੂਮ ਨਾ ਸ਼ਰੀਫ ਆਦਮੀ ਆ ਨਹੀਂ ਮਸੂਮ ਕਿਸ ਹਿਸਾਬ ਨਾਲ ਤੁਹਾਨੂੰ ਲੱਗਦਾ ਮਸੂਮ ਹੀ ਆ ਨਾ ਯਾਰ ਵਿਚਾਰਾ ਉਹਨੂੰ ਨਹੀਂ ਪਤਾ ਲੱਗਦਾ ਕਿੱਦਾਂ ਕਿਹੜਾ ਦੇਣਾ ਉਹ ਦੱਸ ਦਿੰਦਾ ਫੜਿਆ ਜਾਂਦਾ ਆ ਪਿਛਲੇ ਦਿਨਾਂ ਜਿਹਨੇ ਜੇਬ ਕੱਟੀ ਆ ਉਹ ਜੇਬ ਕੱਟੀ ਕਿਤੇ ਮਹੱਲੇਦਾਰ ਹੀ ਸੀ ਉਹਦੀ ਜੇਬ ਕੱਟ ਕੇ ਤੇ ਉਹਦੀ ਜੇਬ ਚੋਂ ਕਿਤੇ ਬਿੱਲ ਨਿਕਲਿਆ ਤੇ ਨਾਲ 2100 ਰੁਪਇਆ ਨਿਕਲਿਆ ਬਿੱਲ ਕਿੰਨਾ ਸੀ ਬਿੱਲ 2400 ਰੁਪਇਆ ਤੇ ਨਿਕਲਿਆ 2100 ਨਾਲ 2100 ਰੁਪਇਆ ਨਿਕਲਿਆ ਇਹਨੇ 300 ਪੱਲੇ ਉਹਦੇ ਕੇ ਪੱਲੇ ਪਾ ਕੇ ਤਾਰ ਕੇ ਬਿੱਲ ਤੇ ਉਹਦੇ ਘਰ ਰਸੀਦ ਦੇਣ ਚਲਾ ਮੈਨੂੰ ਲੱਗ ਗਿਆ ਸੀ ਅੰਦਾਜ਼ਾ ਮੈਂ ਸਬਰ ਕਰਦੇ ਉਹ ਮੀਟਰ ਲਾ ਕੇ ਲੈ ਜਾਂਦੇ ਮਸੂਮ ਆਦਮੀ ਹੈ ਮਸੂਮ ਕਾਹਦਾ ਵਾ ਉਹਨੂੰ ਜਾ ਕੇ ਬੂਹਾ ਖੜਕਾ ਕੇ ਕਹਿਣ ਡਿਆ ਭਾਜੀ ਕੋਈ ਗੱਲ ਨੀ ਤੁਹਾਡਾ ਮੈਂ ਬਿੱਲ ਵੀ ਤਾਰਤਾ ਕੱਲ ਮੈਂ ਜੇਬ ਕੱਟੀ ਸੀ ਤੇ ਕੋਈ ਗੱਲ ਨੀ ਹੁਣ ਮੈਂ ਕਿਤੇ ਫਿਰ ਲੰਘਦੇ ਟੱਪ ਦੇ ਜੇਬ ਕਟਵਾ ਜਾਓ ਤੁਹਾਡਾ ਅਗਲਾ ਬਿੱਲ ਅੱਛਾ ਇਹ ਮਹੱਲੇਦਾਰਾਂ ਦਾ ਯਾਰ ਬਣਿਆ ਵਾ ਉਹਦੇ ਕੋਲ ਆਪ ਜੇਬਾਂ ਕਟਵਾ ਲੈਂਦੇ ਆ ਉਹ ਤੇ ਗੱਲ ਬਾਅਦ ਦੀ ਆ ਬਾਅਦ ਚੋਂ ਕਹਿੰਦਾ ਮੇਰੇ ਲਗਾਇਆ ਗਿਆ ਸਰਗਲਾ ਜਿਹੜਾ ਵਾ ਮੇਰੇ ਵੱਲ ਦੱਸਦਾ ਵਾ ਪਿਸ਼ਤਾਲੀ ਪਰਚੀ ਨਿਕਲੀ ਤਾਰਨ ਗਿਆ ਉਹਨਾਂ ਨੇ ਪੜ ਲਿਆ ਉਹ ਕਹਿੰਦੇ ਪਿਛਲੀਆਂ ਵੀ ਸ਼ਾਟ ਸੁਰਗੋਦੇ ਦੇ ਲੋਕ ਉਸਤਾਦ ਮੈਂ ਉਹਨੂੰ ਵੀ ਨਹੀਂ ਛੱਡਣਾ ਮੇਰੀ ਫਿਰ ਕੀ ਘੁੰਮੀ ਹੈ ਨਾ ਜਦੋਂ ਮੈਂ ਲਿਸਟ ਬਣਾਈ ਆਪਣੀ ਗਲਤੀ ਆ ਆਪਣੀ ਗਲਤੀ ਆਪਣੀ ਮੇਰੀ ਗਲਤੀ ਕਿਹੜੀ ਉਸਤਾਦ ਜੇਬ ਕੱਟੀ ਕਿਉਂ ਆਹੋ ਬੋਸਕੀ ਦਾ ਤਾਂ ਸੂਟ ਪਾਇਆ ਹੋਇਆ ਜੇਬ ਕੱਟੀ ਤੇ ਵਿੱਚੋਂ ਪੈਸੇ ਨਾ ਨਿਕਲੇ ਬਾਅਦ ਚ ਲੈ ਗਿਆ ਕਹਿੰਦਾ ਲਿਆਓ ਮੈਂ ਤੁਹਾਡੀ ਕਮੀਜ਼ ਸਵਾ ਲਿਆ ਮੈਂ ਤੁਹਾਡੀ ਜੇਬ ਕੱਟੀ ਉਹਨਾਂ ਫੜ ਕੇ ਤੂੰ ਕੁੱਟਿਆ ਬਾਅਦ ਚ ਕਹਿੰਦਾ ਮੇਰਾ ਉਸਤਾਦ ਉੱਥੇ ਚਾਹ ਪੀਣ ਡਿਆ ਉਹਨਾਂ ਨੂੰ ਫੜ ਲਿਆ ਫਿਰ ਫੜ ਲਓ ਬੇਵਕੂਫ ਆ ਫੈਸਲ ਇੱਕ ਬੱਸ ਤੇ ਚੜਿਆ ਭਾਈ ਪੂਰਾ ਮਿਸ਼ਨ ਜੇਬ ਕੱਟਣ ਦਾ ਇੱਕ ਬੰਦੇ ਦੀ ਹੁਣ ਉਤਲੀ ਜੇਬ ਚ ਪੈਸੇ ਸੀ ਤੇ ਇਹਨੂੰ ਜਾਂਚ ਹਲੇ ਸਾਈਡ ਵਾਲੀ ਦੀ ਸੀ ਉਤਲੀ ਦੀ ਨਹੀਂ ਸੀ ਆਈ ਹਲੇ ਨਵਾਂ ਨਵਾਂ ਹਲੇ ਸਾਈਡ ਵਾਲੀ ਤਾਂ ਚੱਲਿਆ ਸੀ ਪਹਿਲਾਂ ਹੀ ਸੀ ਕੰਮ ਉਹਨੂੰ ਭਾਈ ਨੂੰ ਜਾ ਕੇ ਕਹਿੰਦਾ ਭਾਈ ਨੂੰ ਬੁਰਾ ਨਾ ਮਨਾਇਓ ਆ ਪੈਸੇ ਸਾਈਡ ਵਾਲੀ ਜੇਬ ਚ ਕਰ ਲਓ ਉਤਲੇ ਹਾਂਜੀ ਉਹ ਕਹਿੰਦਾ ਕਿਉਂ ਕਹਿੰਦਾ ਮੈਨੂੰ ਉਤਲੀ ਨਹੀਂ ਨਾ ਕੱਟਣੀ ਜਾਂਦੀ ਸਾਈਡ ਵਾਲੀ ਕੱਟਣੀ ਉਹਦੇ ਯਾਰ ਉਹ ਜਿਹੜਾ ਇੱਕ ਬੰਦੇ ਨੇ ਖੱਦਰ ਦਾ ਸੂਟ ਪਾਇਆ ਉਹ ਲੱਗਣ ਵਾਲੀ ਕੈਂਚੀ ਨਾਲ ਉਹਦੀ ਜੇਬ ਕੱਟਣ ਗਿਆ ਉਹ ਭਾਈ ਫੜਿਆ ਗਿਆ ਉਹ ਕੱਟਿਆ ਹੀ ਨਹੀਂ ਉਹ ਕੱਟਿਆ ਨਹੀਂ ਗਿਆ ਮਚੋੜ ਕੇ ਆ ਗਿਆ ਖੁੰਡੀ ਕੈਂਚੀ ਲੈ ਕੇ ਇੱਕ ਬੰਦਾ ਤਨਖਾਹ ਲੈ ਕੇ ਉਹ ਹੁਣ ਪਤਾ ਲੱਗ ਗਿਆ ਇਹਨੂੰ ਮੈਂ ਕਿਹਾ ਰੁਪਈਆ ਲੱਖ ਹੀ ਉਹਦੀ ਜੇਬ ਚ ਤੇ ਉਹ ਜਿਹੜੀ ਘਾਹ ਕੱਟਣ ਲਈ ਕੈਂਚੀ ਉਹ ਲੈ ਗਿਆ ਵੱਡੀ ਕੈਂਚੀ ਉਹਦੀ ਲੱਤ ਵੀ ਨਾਲ ਛਿੱਲ ਦਿੱਤੀ ਸੀ ਯਾਰ ਵੇਖ ਕਿੰਨਾ ਚਵਲ ਬੰਦਾ ਵਾ ਜੇਬ ਕੱਟੀ ਪੈਸੇ ਨੀ ਨਿਕਲੇ ਵਾਲੀਆਂ ਨਿਕਲ ਆਈਆਂ ਤੇ ਮੈਂ ਕਿਹਾ ਯਾਰ ਕਿਸੇ ਧੀ ਧਿਆਣੀ ਦੀਆਂ ਵਾਲੀਆਂ ਹੈਗੀਆਂ ਵਾ ਮੈਂ ਉਹਨੂੰ ਵਾਪਸ ਦੇਣ ਗਿਆ ਕਹਿੰਦਾ ਨਾਲ ਚੈਨ ਵੀ ਸੀ ਦੋ ਤੋਲੇ ਫੜਾਇਆ ਚੈਨ ਤੁਸੀਂ ਭਰੀ ਕੋਲੋਂ ਦੋ ਤੋਲੇ ਦੀ ਚੈਨ ਤੂੰ ਇਹ ਕੰਮ ਕਰਦਾ ਤੂੰ ਇਹਨੂੰ ਕਿਉਂ ਰੱਖਿਆ ਇਹਨੂੰ ਵਿਚਾਰਾ ਸ਼ਰੀਫ ਆਦਮੀ ਆ ਉਹ ਸ਼ਰੀਫ ਆਦਮੀ ਮਸੂਮ ਆਦਮੀ ਯਾਰ ਉਹਦੇ ਕੋਲ ਨਹੀਂ ਗੇੜੇ ਬਾਜ਼ੀ ਹੁੰਦੀ ਨਹੀਂ ਚੋਰੀਆਂ ਹੁੰਦੀਆਂ ਜਿਹੜਾ ਉਸਤਾਦ ਦਾ ਸ਼ਾਗਿਰਦ ਸੀ ਹੁਣ ਅਸੀਂ ਦੋਵੇਂ ਉਸਤਾਦ ਭਰਾ ਵਾ ਇਹਦਾ ਪਿਓ ਤੇ ਮੈਂ ਪਹਿਲੇ ਤੇ ਇਹ ਦੱਸੋ ਨਾ ਤੁਹਾਨੂੰ ਹਜ਼ਾਰ ਸ਼ਰਮ ਨਹੀਂ ਆਉਂਦੀ ਕਿ ਇਹੋ ਜਿਹੀ ਕਮਾਈ ਖਾਂਦੇ ਆ ਠੀਕ ਆ ਨਾ ਜਿਹੜਾ ਤੁਸੀਂ ਕੰਮ ਕਰਦੇ ਆ ਕੀ ਕੰਮ ਕਰਦੇ ਤੁਸੀਂ ਇਹ ਗਲਤ ਵਾ ਇਹਨੂੰ ਦੱਸ ਭਾਈ ਨੂੰ ਯਾਰ ਜਦੋਂ ਅਗਲੇ ਬੰਦੇ ਦੀ ਜੇਬ ਕੱਟਣੀ ਆ ਉਹਨੂੰ ਜੋ ਪਤਾ ਲੱਗ ਗਿਆ ਵੀ ਮੇਰੀ ਜੇਬ ਕੱਟੀ ਗਈ ਪੈਸੇ ਨਿਕਲ ਗਏ ਅਗਲੇ ਨੂੰ ਸਮਝ ਆ ਗਈ ਪਤਾ ਲੱਗ ਗਿਆ ਨਾ ਨਹੀਂ ਯਾਰ ਆਪਣਾ ਭਾਜੀ ਗੱਲ ਸੁਣੋ ਤੁਸੀਂ
ਕਿਉਂ ਇਹ ਕੰਮ ਕਰਦੇ ਜੇ ਤੁਸੀਂ ਕੋਈ ਹੋਰ ਕੰਮ ਕਰ ਲਓ ਕਿਤੇ ਹਿਸਾਬ ਕਿਤਾਬ ਹੋਰ ਲਾ ਲਓ ਕਿਉਂ ਹੋਰ ਕਿਉਂ ਕਰ ਲਈ ਪਾਇਆ ਹੋਇਆ ਅਗਲਿਆਂ ਨੇ ਮਤਲਬ ਕੋਈ ਕੰਮ ਸਹੀ ਕਰ ਲਓ ਕੋਈ ਬਿਜ਼ਨਸ ਕਰ ਲਓ ਸ਼ੁਕਰ ਰੱਬ ਦਾ ਯਾਰ ਬੱਚਿਆਂ ਦਾ ਰਿਜ਼ਕ ਲੱਗਾ ਵਾ ਅਸੀਂ ਰੱਜ ਕੇ ਖਾਈਦੀ ਆ ਹਲਾਲ ਕਰਕੇ ਖਾਈਦੀ ਆ ਬੱਚਿਆਂ ਦਾ ਰਿਜ਼ਕ ਕਿਹੜਾ ਅਜੀਬ ਕਤਰੇ ਵਾਲਾ ਜੁਰਮ ਨਹੀਂ ਤੁਸੀਂ ਜੇਬ ਕੱਟ ਲਈ ਅਗਲੇ ਦੀ ਤੇ ਜੇਬ ਕੱਟ ਕੇ ਅਗਲੇ ਨੂੰ ਪਤਾ ਜੋ ਲੱਗ ਗਿਆ ਮੇਰੀ ਜੇਬ ਕੱਟੀ ਗਈ ਆ ਉਹਨੂੰ ਜਦੋਂ ਸਾਰੀ ਸਮਝ ਆ ਗਈ ਵੀ ਜੇਬ ਕੱਟੀ ਗਈ ਤੇ ਅਸੀਂ ਕਹਿੰਦਾ ਉਹਦੇ ਨਾਲ ਜ਼ੁਲਮ ਕੀਤਾ ਵੀ ਜਿਹੜੇ ਫੜੇ ਗਏ ਕੋਈ ਚੋਰੀ ਕੀਤੀ ਕੋਈ ਡਾਕਾ ਮਾਰੇ ਕੋਈ ਹਰਾਮ ਕੀਤਾ ਕੋਈ ਕਿਸੇ ਦੀ ਸ਼ੈਕ ਆ ਗਏ ਕਦੇ ਵੀ ਨਹੀਂ ਮੈਂ ਕਿਵੇਂ ਝੂਠ ਬੋਲਿਆ ਉਹਨੂੰ ਪਤਾ ਲੱਗ ਗਿਆ ਤੇ ਫੇਰ ਕਦੀ ਚੋਰੀ ਅਸੀਂ ਭਾਜੀ ਜੋ ਜੇਬਾਂ ਕੱਟਣੀਆਂ ਵਾਲੇ ਵੇਖੋ ਜਿਹੜੇ ਜੇਬਾਂ ਕੱਟਦੇ ਬੈਠੇ ਐਡੇ-ਐਡੀਆਂ ਵੱਡੀਆਂ ਅਰਬਾਂ ਤੇ ਖਰਬਾਂ ਦੀਆਂ ਜੇਬਾਂ ਕੱਟਦੇ ਪੂਰੇ ਮੁਲਕ ਦੀਆਂ ਕੱਟਦੇ ਉਹਨਾਂ ਨੂੰ ਨਹੀਂ ਪੁੱਛਦੇ ਤੁਸੀਂ ਉਹਨਾਂ ਨੂੰ ਕਿਹਾ ਕਿ 150 ਵਾਲੇ 500 ਹਜ਼ਾਰ ਵਾਲੇ ਜੇ ਬੰਦੇ ਤੁਸੀਂ ਫੜਾ ਫੜ ਕੇ ਉਹਨਾਂ ਨੂੰ ਬਿਠਾ ਲੈਂਦੇ ਹੋ ਵੀ ਉਹਨਾਂ ਨੇ ਕੱਟ ਲਈਆਂ ਜੇਬਾਂ ਅੱਛੀ ਗੱਲ ਯਾਰ ਉਸਤਾਦ ਅੱਛੀ ਗੱਲ ਬੰਦਾ ਉਹਦੇ ਵੇਖਿਆ ਵੇਖੀ ਭਾਈ ਦੀ ਜੇਬ ਨਹੀਂ ਕੱਟੀ ਤੂੰ ਅੱਜ ਤੋਂ ਜੇਬ ਕੱਟੀ ਦੇ ਵਿੱਚੋਂ ਸ਼ੈਂਪੂ ਚੋ ਪਿਆ ਉਹ ਨਹੀਂ ਕੱਟੀ ਤੂੰ ਜੇਬ ਸ਼ੈਂਪੂ ਰੱਖਿਆ ਹੋਇਆ ਤੇ ਪੁੱਤ ਭਾਈ ਤੇ ਭਾਈ ਦਾ ਮੈਂ ਪਰਫਿਊਮ ਟੁਕੜਾ ਇਹ ਦਾ ਇਹਦਾ ਉਹ ਯਾਰ ਮੈਂ ਇਸ ਭਾਈ ਦੀ ਜੇਬ ਕੱਟੀ ਉਹ ਮੇਰੇ ਮੌਲਾ ਤੋਬਾ 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 ਆਹੋ ਵਿੱਚੇ ਜੇਬ ਦੇ ਐਡੀ ਕੁ ਪਰਚੀ ਰੱਖੀ ਕਿ ਮੈਂ ਮਸਕੀਨ ਹੂੰ ਮੁਝੇ ਚੰਦਾ ਔਰ ਸਾਰਾ ਕੁਛ ਦੇ ਮੈਂ ਤੇ ਇਸ ਭਾਈ ਦੇ ਨਾਲ ਵਿਚਾਰੇ ਨਾਲ ਬੜਾ ਪਿਆਰ ਮੈਨੂੰ ਪਤਾ ਲੱਗਾ ਸੀ ਕਿ ਇਹਦਾ ਕੰਮ ਕਰਦੇ ਸਹੀ ਗੱਲ ਮੈਂ ਵੀ ਇਹਨਾਂ ਦੀ ਜੇਬ ਕੱਟੀ ਤੇ ਪਰਚੀ ਨਿਕਲੀ ਚੋਰ ਕੇ ਪੁੱਤਰ ਜੇਬ ਖਾਲੀ ਹੈ ਟੂਲ ਬਕਸ ਹੁੰਦਾ ਨਹੀਂ ਮੈਂ ਜੇਬ 'ਚ ਪਰਚੀ ਪਾ ਕੇ ਫਕੀਰ ਨੇ ਮੇਰੀ ਜੇਬ ਕੱਟੀ ਉੱਤੇ ਲਿਆ ਸੀ ਉਹ ਦੇਖੋ ਹਰਾਮਜ਼ਾਦਾ ਜੇਬ ਖਾ ਗਿਆ ਜੇਬ ਕੱਟਣਾ ਮਨਾ ਹੈ ਕਿਹੜੀ ਗੱਲ ਹੋਈ ਇੰਜ ਕਰਕੇ ਜੇਬ ਕੱਟੀ ਵਿੱਚੋਂ ਪਰਚੀ ਨਿਕਲੀ ਉੱਤੇ ਲਿਖਿਆ ਕੁਛ ਨੀ ਬਣਨਾ ਹਰਾਮ ਨਾਲ ਯਾਰ ਮੈਂ ਜੇਬ ਕੱਟੀ ਇਸ ਭਾਈ ਦੀ ਸਿਰਫ ਮੂੰਗਫਲੀ ਦੇ ਦਾਣੇ ਚਾਰ ਨਿਕਲੇ ਹੋਰ ਕੱਖ ਨਹੀਂ ਨਿਕਲਿਆ ਤੁਹਾਡੀ ਦੁਆਰ ਉਹ ਮੇਰੀ ਸਾਰੀ ਜਮਾ ਪੂੰਜੀ ਸੀ ਆਹੋ ਜੇਬ ਕੱਟੀ ਤੇ ਕੈਂਚੀ ਖਰਾਬ ਕਰਾ ਕੇ ਲੈ ਆਇਆ ਉਹ ਕਹਿੰਦਾ ਯਾਰ ਉਹ ਬੰਦੇ ਨੇ ਜੇਬੀ ਚ ਚਾਬੀਆਂ ਪਾਈਆਂ ਲੋਹੇ ਨਾਲ ਖਰਾਬ ਹੋ ਗਈ ਡੱਬ ਚ ਚਿਮਟਾ ਲਿਆ ਸੀ ਇੰਜ ਕੈਂਚੀ ਮਾਰੀ ਉਹ ਕਿਤੇ ਬਾਸ ਨਿਕਲੀ ਭਾਈ ਦੀ ਜੇਬ ਕੱਟੀ ਆ ਥਲੜੀ ਜੇਬ ਕੱਟੀ ਆ ਵਿੱਚੋਂ ਅੰਬ ਦੀਆਂ ਫਾੜੀਆਂ ਅਚਾਰ ਨਿੰਬੂ ਨਿਕਲ ਗਿਆ ਯਾਰ ਲੋਕ ਨੇ ਯਾਰ ਮੈਂ ਬੜੇ ਬੜੇ ਵੱਡਿਆਂ ਲੋਕਾਂ ਦੀਆਂ ਤੌਬਾ ਕਰਕੇ ਕਹਿੰਦਾ ਜੇਬਾਂ ਕੱਟੀਆਂ ਜਿਹਨੂੰ ਅੱਲਾਹ ਇੱਜ਼ਤ ਦੇਵੇ ਭਾਈ ਅਸੀਂ ਕੀ ਕਹਿੰਦੇ ਮੈਂ ਚੌਰੀ ਸ਼ਜਾਦ ਦੀ ਜੇਬ ਕੱਟ ਲਈ ਚੌਰੀ ਸ਼ਜਾਦ ਦੀ ਜੇਬ ਕੱਟੀ ਪਰਚੀ ਨਿਕਲੀ ਆ ਅੰਜਮਲਾਨਾ ਮਾਨ ਨੂੰ ਬੇਟੀ ਮੈਂ ਇੱਧਰ ਮੈਂ ਇਮਰਾਨ ਖਾਨ ਸਾਹਿਬ ਦੀ ਜੇਬ ਕੱਟ ਲਈ ਉਹਦੇ ਉੱਤੇ ਲਿਖਿਆ ਉਹ ਬਗਾਤਾ ਉਹਦੇ ਵਿੱਚ ਹੋਰ ਪਾ ਕੇ ਜਾ ਤਵੀਤ ਉੱਤੇ ਕਿੰਜੀ ਫੇਰੀ ਅਸਰ ਇਹਨੂੰ ਹੋ ਗਿਆ ਦੌਰੇ ਪੈਣ ਲੱਗ ਪਏ ਕਹਿੰਦਾ ਮੈਂ ਤੇ ਫਜ਼ਲੁਰ ਰਹਿਮਾਨ ਸਾਹਿਬ ਦੀ ਜੇਬ ਕੱਟੀ ਲੈ ਉਹਨਾਂ ਦੀ ਜੇਬ ਕੱਟ ਕੇ ਮੈਂ ਇੰਜ ਬਾਹਰ ਨਿਕਲਿਆ ਮੈਂ ਪਰਚੀ ਵੇਖੀ ਉਹਦੇ ਤੇ ਲਿਖਿਆ ਜੇਬ ਕੱਟ ਰਿਹਾ ਜੀ ਗਲਤ ਕਰ ਰਿਹਾ ਸ਼ੇਖ ਰਸ਼ੀਦ ਸਾਹਿਬ ਦੀ ਵੀ ਜੇਬ ਕੱਟੀ ਸ਼ਬਾਸ਼ ਸ਼ਰੀਫ ਸਾਹਿਬ ਦੀ ਜੇਬ ਕੱਟ ਬਾਰਾਂ ਸੌ ਰੁਪਇਆ ਸਿਰਫ ਇਸ ਕੋ 600 ਤੂੰ ਰੱਖ ਲੇ 600 ਮਿੰਦੇ ਦੇ ਅੱਧਾ ਕਰ ਲੈਤੇ
चौरी शिजाज साहब जी ने जेब कटी। अच्छा चौरी शिजाज साहब ने कालर तो पिछो फड़ लिया सनी देओल साहब की जेब कट ली। उन्होंने फड़ के कुर्सी के बल आने क्या ओए तुमने मेरी जेब काटी है और ये 5 किलो का तेरे मुंह पे पड़ेगा। 2.5 किलो का भाई 452 रुपए थे, उसमें से भी सारे तुमने निकाल लिए। काजल को मैं क्या लेके दूंगा। कहता नवाज शरीफ साहब जलसे दे विच ना सनी देओल साहब खड़े तो सारे उच्ची उच्ची नारे मारे थे, कह रहे और नवाज शरीफ जिंदाबाद है। सनी देओल साहब जरा उच्ची नारा मारो और नवाज शरीफ जिंदाबाद है। उच्ची और नवाज शरीफ जिंदाबाद है, कह रहा हूँ जिंदाबाद है, नवाज शरीफ जिंदाबाद है। मरेशपुरी साहब की जेब कट ली इन्हें। शक्ति कपूर साहब आए आए अपन को भी जेब काट दूंगा। और मरेशपुरी साहब की इन्होंने जेब कट ली, वो अगो कहने अरे मारन के आ गए तुम हमारी जेब वही काटोगे। अमरीशपुरी साहब नहीं तो रिश्तेदार थे। अच्छा मनोहर जी साहब की जेब काट ली और क्या फरीद ओए प्यारे आई कौन सा रुपये से पाकिस्तानी एक्टर ने ओ नहीं बोल रहे नहीं मार जाने रंगीला साथ ये पड़ी ब्राम ए सारे पैसे मेनू दे दे मेरी जेब कट लियो छोरिया आ जा मेरे छोरिया चाचे बूटे की जेब कटी सी। चाचे बूटे की राजकुमार साहब की जेब कट ली। उन्होंने कहा हम जानी बड़ी मुश्किल से 130 रुपए वट के लाए निकाल दिए जानी। मेरे शमिया दी जेब एक अदीब साहब होंगे एक्टर पाकिस्तानी। हाँ अच्छा मायूं कराशी साहब से ना एक होर आर्टिस्ट सी इकबाल हसन साहब सी उन्हें जेब कटी कहते ओए फरीद और तू साड़ी जेब कटी है और इतने पैसे रखो सारे आ रख आ लाला सदीर ये मैं तेनु कहना मेरे पैसे मोड़ दे फरीद वेरिएशन। अच्छा हुण ओ जेड़ी नी फिल्म हैगी मजाजन दे विच अदीप साहब बुड्ढे हो गए ना ते ओ अदीप साहब फरीद ये तू जेड़ी हरकत कीती है ये तेनु बहुत भारी पेगी। अच्छा हुण बुड्ढे हो गए ना ते ओ जेब कट्टी की ते कहण दे ना पुटला ना ओ तू का कटदा हुण जेबा कट्टा यार ओ नहीं हैगे अपना परेश रावल साहब उन्हां दी जेब कट ली ना ते पछ परेश नहीं 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 इन्हें जेब कट्टी मुस्तफा कराची साहब दी। उन्होंने कहा मुस्तफा कराची साहब दी जेब कट्टी कहिंदे सोनिया नवा कट्टण आया सोनिया तू साडी जेब कट्टी है हुण तू जिथे भी जाएगा तेनु इक्को ही आवाज आएगी लख लख दिलन ते। ओ जेड़े परेश रावल साहब की जेब कट्टी ना ते कहंदे अरे राजू ए देखो मेरी जेब काट गया रे या वेरी गुड देखो इसको बोलो जेब काट दो मेरी नाड़ भी काट गया रे। अच्छा वेरी गुड डोलक मत इने नाना पाट करते जेब कटी रोई तो पड़े यही तरह रे। अच्छा अच्छा गाइस इथे इस वीडियो नु आपा करते हां खत्म क्योंकि वीडियो बहुत ज्यादा लंबी हो जाएगी। अगली जेड़ी 10 मिनट दी वीडियो रहंदी है ना जिन्नी भी रहंदी है तुहानू सेकंड पार्ट च दिखा देने हां इथे करदे हां खत्म। क्या वीडियो हो रही थी आज दी ओए होए होए यार मतलब मैंने ए पार्ट नहीं पता सीगा ए नहीं पता सीगा सज्जाद साहब दा कि सज्जाद साहब च ए टैलेंट भी हैगा
कि मिमिक्रियां भी करते हैं बिच मैनू भी अच्छी लगदी ये दाती मेरी माँ है काज ये दाती मेरी माँ है और इससे मेरी माँ को गाली दी है बाबू भैया ये बड़ा राजू बहुत मजेदार काम सीगा यार बड़ा मजा आया जिहड़ी जुगतां सीगियां ना जुगतां दा ज्यादा मजा आया जुगतां घट गईयां सीगियां मे बी शायद जिहड़े आखिरी 10 मिनट पए आ ना वह मैं ताई करके रोकते मैं कहना सिर्फ जुगतां वाली वीडियो बनावांगे ते इत्थे तक तो बड़ा शानदार सीगा मैनू जिहड़े फैसल भाई दी जिहड़ी शकला बना रहे सीगे ना यार ओह मैं कहना इहो जिहा निमाणा चोर इन्हां दा नाजुक इन्ना कमजोर दिल प्यार दिल है इन्ना मतलब पोला दिल जिहड़ा कोई चोर किसी के घर जाके बिल भी उतार के आ रहा मैं तो अजे वो सोच रहा था वालिया तक वालिया निकलियां तो देखिया चांदी सी हाए बेचारी चांदी की उत्ते पानी पूनी चढ़वा के सोले दी वो दे के आए कि आला यार ना तेरा कम कुम सर जूगा तो बहुत अच्छी यार बहुत ही शानदार वीडियो सी मज़ा आया सजा साहब की वीडियो सजा साहब की वीडियो होंगी जिन्हें दिनों बाद भी बनाओ तो बंदा रिफ्रैश हो जाता है ऐ ऐ नहीं वधिया वीडियो सी आई थिंक असी बहुत वधिया लंबी वीडियो बना ली एंटरटेनिंग सी वीडियो सब तो वधिया गल सी जो पहली गल शुरू हुई जी थैली भी कट दिती सी ओ कहंदे ओ कट दी नाले कहंदे ओ पेशाब दी लत्तां जो गिल्ली हो गई फिर पता लगा एक आवाज दी अच्छी सी कैंची कटन ओ कैंची नाल ओ चाबियां कटन वाली ओ कैंची खुंडी हो गई सी ओ भी बड़ी अच्छी सी आरिफ लोहार वाली गल चिमटा चिमटा कट ओ मैंने सीगा ना कटे होएगा ना छन करके चिमटा बजा होएगा चपेड़ा पईया होनी करके बहुत वधिया वीडियो सी थ्रू आउट स्टार्ट तो लैके एंड तक एंटरटेनिंग वीडियो सी मजा आया हादसे भरपूर सी इस वीडियो दे विच आई थिंक जिहड़ा लास्ट सैशन सीगा जिहदे विच मिमिक्री हो रही सी वन आफ्टर दी अदर है ना कि अच्छा इन्हां दी जे जेब कट्टी गई होंदी तां की हुंदा इमरान खान साहब दी कीती होरां दी भी कीती है ना साडे बॉलीवुड एक्टर्स दी भी कीती इंडिया पाकिस्तान सारा कवर कर लिया ते बहुत मजेदार सी बहुत एंटरटेनिंग सी वीडियो थ्रू आउट मतलब मैं ये कह सकती हूँ कि साड़ी स्माइल जो है वो मेनटेन रही शुरुआत तो लैके एंड तक तो आई थिंक यही खासियत है इन्हों की सारिया की तो इन्हों के चैनल की तो इन्हों की वीडियोज़ की कि इन्हों की शक्ल ही बथेरिया ने यह जो टीम बैठ जाती है ना हाँ अच्छा जो उस्ताद जी की जेब कट्टन आया उस शैंपू की बोतल वह भी अच्छा सी शैंपू की बोतल निकली लगे कह अचार से कि मतलब तेल तेल मूँह से मारिया सराहना पाई रहा चक के मारे सराहना बहुत सोहना बनिया जिन्हें भी भाजी और गिफ्ट दिता सराहना बहुत सोहना पर उम्मीद कर दिया गाइस कि तुहानू ये वीडियो जरूर पसंद आएगी तो जे तुहानू ये वीडियो अच्छी लगी प्लीज़ सानू कमेंट सैक्शन च जरूर दस्यो असीं इहदा रहिंदा हाफ भी जो है वह बना देंगे तुहाडे वास्ते तो असीं भी इंजॉय करना तो मिलने अगली वीडियो में अपना ध्यान रखो खुश रहो सेहतमंद रहो तंदुरुस्त रहो दुआ में सानू याद रखो असीं तुहानू याद रखांगे दिओ इजाजत प्रीत बाणी नू मिलने अगली वीडियो में तो तद तक लई सत श्री अकाल ते खुदा हाफिज़।